हुण इत्थे गुरु जी ने कहा प्रेम। गुरु ग्रंथ साहिब दी बाणी विच जिन्ने बाणीकार ने ओ भावें गुरु नानक साहिब जी दे आगमन तो पहला ने ते भावें हजूर दे समकाली ने ते भावें गुरु नानक साहिब महाराज जी तो बाद गुरु जोत जिन्ना च वरती ओ ने एक गल सारे स्पष्ट करदे आ कि परमात्मा नूं पाण दा रस्ता केवल मुहब्बत है, केवल प्यार है। जे गुरु गोबिंद सिंह कह रहे ने जिन प्रेम की ओ तिन घी प्रा पायो ते बाबा फरीद साहिब जी नूं तुसीं पाठ करके देखो दिलो मुहब्बत जिन सही सचिया। जिहड़ा दिलो मुहब्बत करदा खुदा नूं अल्लाह नूं दिलो मुहब्बत जिन सही सचिया जिन मन होर मुख होर से कांडे कच्चिया। जिन्हां दे मुख विच कुछ ते पेट विच कुछ महाराज कहिंदे ने मन मुख मन कुछ ते मुख विच कुछ ਉਹ ਬੰਦੇ ਕੱਚੇ ਨੇ ਦਿਲੋਂ ਮੁਹੱਬਤ ਕਰਨ ਵਾਲੇ ਹੀ ਪਾਉਂਦੇ ਨੇ। ਇੱਥੇ ਇੱਕ ਉਦਾਹਰਨ ਮੈਂ ਆਪ ਜੀ ਨੂੰ ਦੇਣ ਲੱਗਾ ਕਿਉਂਕਿ ਗੱਲ ਕੀਰਤਨ ਦੀ ਜਦੋਂ ਆਪਾਂ ਕਰਾਂਗੇ ਨਾ ਤੇ ਕੀਰਤਨ ਦੀ ਸ਼ੁਰੂਆਤ ਹਰ ਧਰਮ ਦੇ ਵਿੱਚ ਕੀਰਤਨ ਨੂੰ ਇਸ ਗਾਉਣ ਨੂੰ ਬੜੀ ਵੱਡੀ ਥਾਂ ਦਿੱਤੀ ਗਈ ਹੈ ਪਰ ਜਿੰਨੀ ਥਾਂ ਸਿੱਖੀ ਵੀ ਦਿੱਤੀ ਗਈ। ਮੈਂ ਅਰਜ਼ ਕਰਾਂਗਾ ਮੈਂ ਜ਼ਿਆਦਾ ਪਿਛੋਕੜ 'ਚ ਨਹੀਂ ਜਾਣਾ ਕਿਉਂਕਿ ਕੀਰਤਨ ਸੰਬੰਧੀ ਗੂੜ ਹੈ ਇਹ ਸਾਊਥ ਤੋਂ ਸ਼ੁਰੂ ਹੁੰਦਾ ਹੈ। ਇਹਦੇ ਵਿੱਚ ਨਿਰਗੁਣ ਅਤੇ ਸਰਗਨ ਨੂੰ ਮੰਨਣ ਵਾਲਿਆਂ ਨੇ ਵੀ ਕੀਰਤਨ ਕੀਤਾ। ਸਰਗਨ ਨੂੰ ਮੰਨਣ ਵਾਲੇ ਤੁਸੀਂ ਦੇਖੋ ਕਿ ਮੀਰਾਂ ਜੀ ਮਿਲਣਗੇ ਉਹ ਵੀ ਤਾਂ ਗਾ ਰਹੇ ਨੇ ਨਾ, ਤੁਹਾਨੂੰ ਸੂਰਦਾਸ ਜੀ ਮਿਲਣਗੇ। ਜਦੋਂ ਨਿਰਗੁਣ ਭਗਤੀ ਦੀ ਗੱਲ ਕਰਾਂਗੇ ਤਾਂ ਸੱਚ ਇਹ ਵੀ ਸਾਨੂੰ ਉਹਦੇ ਵਿੱਚ ਕਬੀਰ ਸਾਹਿਬ ਜੀ ਭਗਤ ਰਵਿਦਾਸ ਜੀ। ਜੇ ਸਰਗੁਣ ਨੂੰ ਤੁਸੀਂ ਦੇਖੋਗੇ ਤਾਂ ਰਾਮਾਨੁਜ ਚੇਤੰਨਿਆ ਮਹਾਂਪ੍ਰਭੂ ਬੰਗਾਲ ਦੇ ਰਹਿਣ ਵਾਲੇ ਉਹ ਵੀ ਤਾਂ ਤੁਸੀਂ ਦੇਖੋ ਅੱਜ ਜਦੋਂ ਕੀਰਤਨ ਕਰਦੇ ਨੇ ਖਰੇ ਰਾਮਾ ਖਰੇ ਕ੍ਰਿਸ਼ਨਾ ਉਹ ਉਹਨਾਂ ਦੇ ਕੀਰਤਨ ਕਰਨ ਦਾ ਢੰਗ ਵੱਖਰਾ ਹੈ। ਮੈਂ ਤਾਂ ਬੇਨਤੀ ਕੀਤੀ ਕੀਰਤਨ ਕਿਉਂਕਿ ਆਪਾਂ ਕੀਰਤਨੀਆਂ ਨੂੰ ਅਤੇ ਆਪਾਂ ਨੂੰ 30 ਸਾਲ ਹੋ ਗਏ ਨੇ ਇਸ ਅਸਥਾਨ 'ਤੇ ਜਾਂ ਆਪ ਜੀ ਕੀਰਤਨ ਸਮਾਗਮ ਦੀ ਹਾਜ਼ਰੀ ਭਰ ਰਹੇ ਹੋ। ਮੈਂ ਬੇਨਤੀ ਕਰਾਂਗਾ ਸਭ ਤੋਂ ਪਹਿਲਾਂ ਸ਼ਬਦ ਹੈ ਪ੍ਰੇਮ। ਭਗਤ ਨਾਮਦੇਵ ਜੀ ਦਾ ਸ਼ਬਦ ਹੈ ਉਹ ਸ਼ਬਦ ਦੀ ਉਥਾਨਕਾ ਸਾਡੇ ਵਿਦਵਾਨ ਪੁਰਸ਼ ਦਿੰਦੇ ਸਨ ਕਿ ਭਗਤ ਨਾਮਦੇਵ ਜੀ ਦਾ ਘਰ ਬਣਿਆ। ਵੈਸੇ ਉੱਥੇ ਝੌਂਪੜੀ ਦਾ ਜ਼ਿਕਰ ਆਉਂਦਾ ਹੈ ਅਤੇ ਇਹ ਇਕੱਲੀ ਕਹਾਣੀ ਨਹੀਂ ਗੁਰੂ ਗ੍ਰੰਥ ਸਾਹਿਬ ਦਾ ਬਚਨ ਹੈ। ਝੌਂਪੜੀ ਬਣ ਗਈ ਅਤੇ ਨਾਮਦੇਵ ਨੂੰ ਪੜੋਸਣ ਨੇ ਗੁਆਂਢਣ ਨੇ ਪੁੱਛਿਆ ਕਿ ਇੰਨੀ ਸੋਹਣੀ ਇਹ ਝੌਂਪੜੀ ਬਣਾਉਣ ਵਾਲਾ ਕੌਣ ਹੈ, ਕਿਸ ਨੇ ਝੌਂਪੜੀ ਬਣਾਈ? ਅਤੇ ਨਾਮਦੇਵ ਕਹਿੰਦੇ ਨੇ ਕਿ ਜਿਸ ਨੇ ਝੌਂਪੜੀ ਬਣਾਈ ਉਸ ਬੇਡੀ ਸ਼ਬਦ ਵਰਤਿਆ ਜੀ ਉੱਥੇ, ਕਾਰੀਗਰ ਕਹਿ ਲਓ। ਉਸ ਕਾਰੀਗਰ ਦਾ ਮੈਂ ਤੈਨੂੰ ਕੀ ਪਤਾ ਦਿਆਂ, ਉਹ ਕਾਰੀਗਰ ਤਾਂ ਸਾਰੀਆਂ ਥਾਵਾਂ 'ਤੇ ਸਮਾਇਆ। ਹੁਣ ਉਸ ਔਰਤ ਦਾ ਅੰਦਰ ਉਸ ਪੱਧਰ ਦਾ ਨਹੀਂ ਜੋ ਭਗਤ ਨਾਮਦੇਵ ਜੀ ਦਾ। ਗੁਆਂਢਣ ਨੇ ਕਿਹਾ ਮੈਂ ਤੇਰੇ ਤੋਂ ਦੁੱਗਣੇ ਪੈਸੇ ਦੇ ਦਿਆਂਗੀ, ਮੈਨੂੰ ਇੱਕ ਵਾਰੀ ਤੂੰ ਦੱਸ ਪਾ ਦੇ ਵੀ ਉਹ ਕਾਰੀਗਰ ਕੌਣ। ਉੱਥੇ ਭਗਤ ਜੀ ਕਹਿੰਦੇ ਨੇ ਕਿ ਜਿਸ ਕਾਰੀਗਰ ਨੇ ਜਿਸ ਮਿਸਤਰੀ ਨੇ ਜਿਸ ਹੁਨਰਬੰਦ ਨੇ ਮੇਰੀ ਝੌਂਪੜੀ ਬਣਾਈ ਉੱਥੇ ਕਰੰਸੀ ਨਹੀਂ ਚੱਲਦੀ ਹੁੰਦੀ, ਉੱਥੇ ਸੋਨਾ ਚਾਂਦੀ ਨਹੀਂ ਚੱਲਦਾ, ਪੈਸੇ ਨਹੀਂ ਚੱਲਦੇ, ਸਿੱਕੇ ਨਹੀਂ ਚੱਲਦੇ। ਪੁੱਛਣ ਲੱਗੇ ਉਹ ਕਾਰੀਗਰ ਕਿਸ ਚੀਜ਼ ਦੀ ਮਜ਼ਦੂਰੀ ਲੈਂਦਾ? ਕਹਿਣ ਲੱਗੇ ਉਹ ਕੇਵਲ ਪ੍ਰੇਮ ਦੀ ਮਜ਼ਦੂਰੀ ਲੈਂਦਾ, ਜਿਹੜਾ ਪ੍ਰੇਮ ਕਰਦਾ ਉਹਦੀਆਂ ਝੌਂਪੜੀਆਂ ਬਣਾਈ ਜਾਂਦਾ। ਤੁਸੀਂ ਸ਼ਬਦ ਪੜ੍ਹਦੇ ਹੋ ਪਾੜ ਪੜੋਸਨ ਪੂਛ ਲੈ ਨਾਮਾ ਕਾ ਪਹਿਛਾਨ ਛਵਾਈ ਹੋ। ਗੁਆਂਢਣ ਪੁੱਛ ਰਹੀ ਹੈ ਪਾੜ ਪੜੋਸਨ ਪੁੱਛ ਲੈ ਨਾਮਾ ਕਾ ਪਹਿਛਾਨ ਛਵਾਈ ਹੋ ਤੋ ਪੈ ਦੁਗਨੀ ਮਜ਼ੂਰੀ ਦੇਖੋ। ਮਜ਼ੂਰੀ ਦਾ ਅਰਥ ਆਪਾਂ ਸਮਝ ਗਏ, ਮਜ਼ਦੂਰੀ। ਤੁਹਾਡੇ ਤੋਂ ਦੁਗਨੀ ਦਿਹਾੜੀ ਦੇ ਦਿਆਂਗੀ, ਜਿੰਨੇ ਤੁਹਾਡੇ ਪੈਸੇ ਲੱਗੇ ਉਦੋਂ ਡਬਲ। ਮੈਨੂੰ ਦੱਸ ਤਾਂ ਸਹੀ ਉਹ ਕਾਰੀਗਰ ਕਿੱਥੇ ਹੈ। ਤੋ ਪੈ ਦੁਗਨੀ ਮਜ਼ੂਰੀ ਦੇਖੋ ਮੋਕੋ ਬੇਡੀ ਦੇਹੋ ਬਤਾਈ ਹੋ। ਅੱਗੇ ਭਗਤ ਜੀ ਕਹਿੰਦੇ ਰੀ ਬਾਈ ਬਾਈ ਲਫ਼ਜ਼ ਇਹ ਵੇਖੋ ਉਚਾਰਨ ਇੱਕੋ ਏ। ਤੁਸੀਂ ਬਾਈ ਦਾ ਲਫ਼ਜ਼ੀ ਅਰਥ ਮਾਈ ਹੁੰਦਾ, ਭੈਣ ਹੁੰਦਾ, ਰੀ ਬਾਈ। ਅਤੇ ਜੇ ਤੁਸੀਂ ਮਾਲ ਵਿੱਚ ਜਾ ਕੇ ਬੋਲੋ ਪੰਜਾਬ ਵਿੱਚ ਬਾਈ ਜੀ ਤਾਂ ਚੇਤੇ ਰੱਖਿਓ ਉੱਥੇ ਬਾਈ ਦਾ ਲਫ਼ਜ਼ੀ ਅਰਥ ਭਰਾ ਹੁੰਦਾ ਹੈ। ਇੱਥੇ ਵੇ ਰੀ ਬਾਈ ਇਹਦਾ ਅਰਥ ਇਹ ਭੈਣੇ, ਰੀ ਬਾਈ ਬੇਡੀ ਦੇ ਨਾ ਜਾਈ ਦੇਖ ਬੇਡੀ ਰੇਖੋ ਸਮਾਈ। ਅੱਗੇ ਫਿਰ ਪੁੱਛਦੇ ਨੇ ਮਜ਼ਦੂਰੀ ਕੀ, ਭਗਤ ਜੀ ਨੇ ਉਹਦੇ ਵਿੱਚ ਦੋ ਤੁਕਾਂ ਕਹੀਆਂ। ਕਹਿਣ ਲੱਗੇ ਬੇਡੀ ਪ੍ਰੀਤ ਮਜ਼ੂਰੀ ਮੰਗ ਹੈ ਜੇ ਕੋ ਛਾਨ ਛਵਾਵੇ ਹੋ।
ਇਹ ਭੈਣੇ ਜੇ ਕਿਸੇ ਨੇ ਉੱਤੋਂ ਕੰਮ ਕਰਾਉਣਾ ਸਿਰਫ ਪ੍ਰੇਮ ਦੀ ਮਜ਼ਦੂਰੀ ਮੰਗਦਾ ਹੈ, ਬੇਟੀ ਪ੍ਰੀਤ ਮਜ਼ਦੂਰੀ ਮੰਗ ਹੈ, ਜੇ ਕੋ ਛਾਨ ਚਵਾਵੈ ਹੋ ਲੋਕ ਕੁਟੰਬ ਸਭੂ ਤੇ ਤੋਰੈ ਤੋ ਆਪਣ ਬੇਡੀ ਆਵੈ ਹੋ। ਇੱਥੇ ਵੀ ਸ਼ਬਦ ਆ ਗਿਆ ਜੀ ਪ੍ਰੀਤ, ਕਿਉਂ ਫਿਰ ਬੇਨਤੀ ਸੁਣਿਓ, ਜਿਨ ਪ੍ਰੇਮ ਕੀਓ ਬੇਟੀ ਪ੍ਰੀਤ ਮਜ਼ਦੂਰੀ ਮੰਗ ਹੈ। ਇੱਕ ਮੈਂ ਹੋਰ ਆਪ ਜੀ ਨੂੰ ਅਰਜ਼ ਕਰਕੇ ਅੱਗੇ ਤੁਰਨਾ ਵਾਂ, ਇਹ ਪਿਆਰ ਜਿਹਨੂੰ ਅੱਜ ਕੱਲ੍ਹ ਅਸੀਂ ਕਹਿੰਦੇ ਹਾਂ, ਇਹ ਸਵਾਰ ਤੇ ਜੁੜੀ ਹੋਈ ਇੱਕ ਬਿਰਤੀ ਹੈ। ਯਾਦ ਰੱਖੋ ਜਿਹੜਾ ਪ੍ਰੇਮ ਕਰਕੇ ਕਿਸੇ ਦਾ ਕੁਝ ਹਾਸਲ ਕਰਨਾ ਚਾਹੁੰਦਾ ਬਖਸ਼ ਦਿਆ ਜੋ ਸਵਾਰਥੀ ਹੈ। ਪ੍ਰੇਮ ਕਰਨ ਵਾਲਾ ਸਭ ਕੁਝ ਦਿੰਦਾ ਹੁੰਦਾ, ਪ੍ਰੇਮ ਕਰਨ ਵਾਲਾ ਕਦੀ ਸਵਾਰਥੀ ਨਹੀਂ ਹੁੰਦਾ। ਜਿੱਥੇ ਲਾਲਚ ਹੋਵੇ, ਚਾਹੇ ਉਹ ਪਰਿਵਾਰ ਦਾ, ਸੱਜਣਾ ਮਿੱਤਰਾਂ ਦਾ, ਪਤੀ ਪਤਨੀ ਦਾ, ਜਿੱਥੇ ਲਾਲਚ ਆ ਜਾਏ ਉੱਥੇ ਕਦੀ ਸੱਚਾ ਪਿਆਰ ਨਹੀਂ ਹੁੰਦਾ। ਗੁਰਮੁਖੋ ਜਿੱਥੇ ਆਪਾਂ ਵਾਰਨ ਦੀ ਬਿਰਤੀ ਆ ਜਾਏ ਉੱਥੇ ਹੀ ਸੱਚਾ ਪਿਆਰ ਹੁੰਦਾ। ਇਸੇ ਕਰਕੇ ਗੁਰੂ ਜੀ ਨੇ ਪ੍ਰੇਮ ਨਾਲ ਸਿਰ ਵੱਢਣ ਦਾ ਕਿਉਂ ਜ਼ਿਕਰ ਕਰ ਦਿੱਤਾ? ਜੋ ਤੋ ਪ੍ਰੇਮ ਖੇਲਣ ਕਾ ਚਾਓ, ਖੇਲਣੀ ਪ੍ਰੇਮ ਦੀ ਖੇਡ। ਅਤੇ ਅਗਲਾ ਸ਼ਬਦ ਕਹਿੰਦੇ ਸਿਰ ਧਰ ਤਲੀ ਗਲੀ ਮੇਰੀ ਆਓ, ਕਿਉਂਕਿ ਪ੍ਰੇਮ ਕਰਨ ਵਾਲਾ ਆਪਣਾ ਸਿਰ ਵੱਢ ਕੇ ਆਪਣਾ ਆਪਾਂ ਕੁਰਬਾਨ ਕਰਦਾ। ਜਿਸ ਪਿਆਰੇ ਸੋ ਨਿਹੋ ਤਿਸ ਆਗੈ ਮਰ ਚੱਲੀਏ, ਤ੍ਰਿਗ ਜੀਵਨ ਸੰਸਾਰ ਤਾਕੈ ਪਾਛੈ ਜੀਵਣਾ। ਥੋੜ੍ਹੀ ਜਿਹੀ ਇਸ ਬੇਨਤੀ ਨੂੰ ਮੇਰੀ ਨੂੰ ਪਲੀਜ਼ ਧਿਆਨ ਨਾਲ ਸੁਣਿਓ, ਮੈਂ ਦੋ ਤਿੰਨ ਵਾਰੀ ਇਹ ਗੱਲ ਕਹਿ ਚੁੱਕਾ। ਪ੍ਰੇਮ ਧੱਕੇ ਨਾਲ ਨਹੀਂ ਲੱਗਦੇ ਹੁੰਦੇ, ਜਾਂ ਤਾਂ ਕਿਸੇ ਰੰਗ ਰਤੜੀ ਰੂਹ ਦੀ ਸੰਗਤ ਬੰਦਾ ਕਰੇ ਜਿਹੜਾ ਪ੍ਰਭੂ ਪ੍ਰੇਮ 'ਚ ਭਿੱਜਾ ਹੈ, ਜਾਂ ਤਾਂ ਲੱਗਦਾ, ਜਾਂ ਪਰਮੇਸ਼ਵਰ ਆਪ ਕਿਰਪਾ ਕਰਕੇ ਅੰਦਰੋਂ ਦਾਤ ਦੇ ਦੇ। ਕੁਝ ਗੱਲਾਂ ਐਸੀਆਂ ਨੇ ਜਿਹੜੀਆਂ ਸਿਖਾਈਆਂ ਨਹੀਂ ਜਾਂਦੀਆਂ। ਦੇਖੋ ਮੇਰੀਆਂ ਧੀਆਂ ਭੈਣਾਂ ਮਾਤਾਵਾਂ ਬੈਠੀਆਂ ਨੇ, ਕਦੀ ਆਪਣੇ ਅੰਦਰ ਦੀ ਅਵਸਥਾ ਨੂੰ ਦੇਖੋ। ਇੱਕ ਬੱਚੀ ਜਦੋਂ ਘਰ ਰਹਿੰਦੀ ਹੈ, ਬੇਟੀ ਹੈ, ਭਤੀਜੀ ਹੈ, ਭੈਣ ਹੈ, ਜਦੋਂ ਉਹਦੀ ਸ਼ਾਦੀ ਹੋ ਜਾਂਦੀ ਹੈ, ਉਸ ਘਰ ਤੋਂ ਟੁੱਟ ਕੇ ਨਾਤਾ ਪਤੀ ਦੇ ਘਰ ਨਾਲ ਬਣ ਜਾਂਦਾ, ਉਹ ਖਿੱਚ ਉਸ ਪਰਿਵਾਰ 'ਚ ਨਹੀਂ ਰਹਿੰਦੀ ਜਿਹੜੀ ਖਿੱਚ ਆਪਣੇ ਪਤੀ ਨਾਲ ਬਣ ਗਈ ਹੈ। ਪਰ ਜਦੋਂ ਉਸੇ ਬੱਚੀ ਦੀ ਕੁੱਖ ਨੂੰ ਭਾਗ ਲੱਗਦਾ, ਧੀ ਭੈਣ ਨੂੰ ਸੁਹਾਗਣ ਤੋਂ ਮਾਂ ਬਣਦੀ ਹੈ। ਮੈਂ ਆਪ ਨੂੰ ਬੇਨਤੀ ਕਰਾਂ, ਕਿਸੇ ਮਾਂ ਨੂੰ, ਕਿਸੇ ਔਰਤ ਨੂੰ ਮਾਂ ਬਣ ਲੱਗਿਆਂ ਕਦੀ ਕਿਸੇ ਨੇ ਤਲੀਮ ਦਿੱਤੀ ਹੈ ਕਿ ਤੇਰੀ ਆਪਣੇ ਬੱਚੇ ਪ੍ਰਤੀ ਖਿੱਚ ਕੀ ਹੈ, ਤੇਰਾ ਆਪਣੇ ਬੱਚੇ ਪ੍ਰਤੀ ਮੋਹ ਕੀ ਹੈ? ਆਪ ਸਾਰੇ ਬੈਠੇ ਹੋ, ਜਦੋਂ ਬੱਚਾ ਜਨਮ ਲੈਂਦਾ ਸਭ ਤੋਂ ਵੱਧ ਪੀੜਾ ਮਾਂ ਨੂੰ ਉਦੋਂ ਹੁੰਦੀ ਹੈ ਜਦੋਂ ਬੱਚੇ ਨੂੰ ਜਨਮ ਦਿੰਦੀ ਹੈ, ਆਪਣਾ ਵਾਰ ਦਿੰਦੀ ਹੈ, ਪੀੜ ਨਾਲ ਕੁਰਲਾਉਂਦੀ ਹੈ। ਪਰ ਯਾਦ ਰੱਖਿਓ ਉਸ ਪੀੜਾ ਦੇ ਵਿੱਚੋਂ ਇੱਕ ਵਿਕਾਸ ਨਿਕਲਦਾ, ਉਸ ਪੀੜਾ ਵਿੱਚੋਂ ਇੱਕ ਖੁਸ਼ੀ ਜਨਮ ਲੈਂਦੀ ਹੈ। ਇੱਕ ਪਾਸੇ ਬੱਚੇ ਨੂੰ ਜਨਮ ਦੇ ਰਹੀ ਕੁਰਲਾ ਰਹੀ ਹੈ, ਜਦੋਂ ਬੱਚੇ ਦਾ ਜਨਮ ਹੁੰਦਾ ਹੈ ਦਾਈ ਡਾਕਟਰ ਉਸ ਬੱਚੇ ਨੂੰ ਮਾਂ ਦੇ ਸੀਨੇ 'ਤੇ ਲਟਾਉਂਦਾ ਹੈ, ਇੱਕੋ ਦਮ ਰੋਂਦੀ ਹੋਈ ਦੇ ਪੀੜਾ ਦੇ ਅੱਥਰੂ ਖੁਸ਼ੀ ਦੇ ਅੱਥਰੂ ਵੀ ਤਬਦੀਲ ਹੋ ਜਾਂਦੇ ਆ। ਕਿਉਂ? ਕਦੀ ਕੋਈ ਦੁਨੀਆਂ 'ਚ ਐਸੀ ਦਵਾਈ ਦੇਖੀ ਜਿਹੜੀ ਇੱਕ ਖਿਣ 'ਚ ਗਮ ਨੂੰ ਖੁਸ਼ੀ 'ਚ ਬਦਲਦਾ? ਬਿਲਕੁਲ ਨਹੀਂ। ਬੰਦਾ ਇੱਕ ਵਾਰੀ ਦਿਨੇ ਮੂਡ ਖਰਾਬ ਹੋ ਜਾਏ, ਕੋਈ ਸੱਟ ਵੀ ਨਾ ਲੱਗੇ, ਸਾਰਾ ਦਿਨ ਉਹਦਾ ਮਨ ਠੀਕ ਨਹੀਂ ਰਹਿੰਦਾ, ਉਹ ਸਿੱਖੋ ਪਰਮਾਤਮਾ ਦੀ ਖੇਡ ਦੇਖੋ, ਜਿਹੜੀ ਦੋ ਚਾਰ ਪੰਜ ਦਿਨਾਂ ਤੋਂ ਪੀੜ ਨਾਲ ਤੜਪ ਰਹੀ ਹੈ, ਜਨਮ ਦੇਣ ਵਾਲੇ ਕੁਰਲਾ ਰਹੀ ਹੈ, ਕਿਸੇ ਨੇ ਇੰਜੈਕਸ਼ਨ ਨਹੀਂ ਲਾਇਆ, ਇੱਕੋ ਦਮ ਰੋਂਦੀ ਹੋਈ ਜਿਹੜੇ ਪੀੜਾ ਦੇ ਦੁੱਖ ਦੇ ਅੱਥਰੂ ਨੇ ਉਹ ਖੁਸ਼ੀ 'ਚ ਤਬਦੀਲ ਹੋ ਗਏ। ਉਹ ਖੁਸ਼ੀ ਦੀ ਖਿੱਚ ਕੇਵਲ ਰੱਬ ਨੇ ਦਿੱਤੀ, ਇਨਸਾਨ ਨੇ ਨਹੀਂ ਦਿੱਤੀ। ਮੈਂ ਆਪ ਨੂੰ ਬੇਨਤੀ ਕਰਨ ਲੱਗਾ, ਜਿਹੜੀ ਅੰਦਰ ਦੀ ਮੁਹੱਬਤ ਹੈ ਨਾ, ਬਸ ਇਸ ਤਰੀਕੇ ਘਟਨਾ ਵਾਪਰਦੀ ਹੈ ਜਿਵੇਂ ਮਾਂ ਦੇ ਅੰਦਰ ਇੱਕੋ ਦਮ ਸੰਤਾਨ ਲਈ ਵਾਪਰਦੀ ਹੈ। ਪਰ ਇਹ ਪ੍ਰੇਮ, ਥੋੜ੍ਹੀ ਜਿਹੀ ਇਸ ਗੱਲ ਨੂੰ ਫਿਰ ਸੁਣਿਓ, ਇਹ ਪ੍ਰੇਮ, ਇਹ ਮੁਹੱਬਤ, ਠੀਕ ਹੈ ਮੈਂ ਮਾਂ ਪੁੱਤਰ ਦੀ ਉਦਾਹਰਣ ਦਿੱਤੀ, ਇਹ ਵੀ ਸਿਰਫ ਜ਼ਾਹਰੀ ਹੈ, ਪਰ ਇੱਕ ਦਿਨ ਇਸ ਪ੍ਰੀਤ ਨੇ ਵੀ ਝੂਠੀ ਪੈ ਜਾਣਾ, ਪੁੱਤਰ ਚਲਾ ਜਾਏਗਾ ਜਾਂ ਮਾਂ ਨੇ ਚਲੀ ਜਾਣਾ। ਪਰ ਗੁਰੂ ਨੂੰ ਜਿਹੜੀ ਕੀਤੀ ਮੁਹੱਬਤ ਹੈ, ਨਾਮ ਨੂੰ ਕੀਤਾ ਜਿਹੜਾ ਪ੍ਰੇਮ ਹੈ, ਗੁਰੂ ਨੂੰ ਕੀਤਾ ਹੋਇਆ ਜਿਹੜਾ ਇਸ਼ਕ ਹੈ, ਯਾਦ ਰੱਖਿਓ ਗੁਰਮੁਖੋ ਇਹ ਸਰੀਰ ਨੂੰ
मैं तुसी शरीर छड़ना, यकीन करियो बाणी ते मेरे मेरे शब्दां ते नहीं, गुरु साहब कहिंदे आ तू सारी जिंदगी पाठ कीता, नाम जपया, कीर्तन कीता, बाणी पढ़ी, तू प्यार च गीत गाउंदा गया, मौत हो गई, तन नूं अग ने फूक दिता, परिवार सारियां हड्डियां कट्ठियां करके पानी सट आया, पर याद रखी जेड़ी इस ढांचे विच रूह विचरदी रही, मरन तो बाद भी जो तू तन नाल रब नूं प्यार कीता, मरन तो बाद भी प्रीत तेरे नाल जाएगी, उस प्रीत नूं दुनिया की कोई ताकत नहीं मिटा सकती। मैं इत्थे एक उदाहरण आप जी नूं देना मन नूं समझाउण लई, शायद मैं पिछले सालां च किते वरती होवे ते खिमा करिया जे। मंसूर दा जिक्र बड़ी बड़ी असीं सुणने आ, सूफी होए जिन्हें अनल हक किया, इन्हां बारे एक गल प्रिंसीपल गंगा सिंह साढ़े एक बहुत ही कमाल दे विद्वान हुए ने, उन्होंने लिखी है छोटी जी एक पुस्तक है जीवन किरणा, कई महापुरखों के जीवन ने वक् वक् धर्मां नाल संबंधित जेडे, उस विच कहिंदे ने जिस दिन मंसूर नूं सुबह सूली चाढ़िया जाणा ये पूर्व संध्या, एक विद्वान उन्हां कोल आया, उन्हें मंसूर कोल आके अपनी जानकारी दित्ती, मैं विद्वान हाँ ते कहना मैं तीन क्वेश्चन तीन सवाल लैके तुहाडे कोल आया, मैनू तीन प्रश्नों का उत्तर दे सकदे हो। मंसूर रब दे रंग च रत्ता, कहन लगा दसो। कहना मेरा पहला क्वेश्चन पहला सवाल एक है कि दान की सीमा क्या है, इंसान कितों तक दान कर सकता है। दूसरा मेरा सवाल है त्याग की सीमा क्या है, पंजाबी का त्याग की हद की है ते दान की हद की है। मंसूर पुछदे ने तीसरा, कहन लगा तीसरा मेरा सवाल है कि प्रेम की सीमा क्या है, मोहब्बत की सीमा क्या है, प्यार की हद की है। मंसूर ने कहा सिर्फ तीन सवाल, दान की सीमा, त्याग की सीमा और मोहब्बत प्रेम की सीमा। मंसूर अपनी गोदड़ी च हाथ मारिया जिहड़ी उत्ते लैंदा सी, उहदे विचों अद्धी कु रोटी लै आया, सुका होया रोटी का टुकड़ा दे के कह लगा पहला आप खाओ, जिन्हें प्रश्न किया फिर मैं उहदा इहदा उत्तर देना वा। वह कहिंदा मैनूं भुख नहीं, मैं एक तलब लैके आया, मैं पुछण आया कि मैनूं दसो कि दान की सीमा की। तो मंसूर कहिंदा मैं तैनूं प्रैक्टिकल जो मेरे नाल वापरिया मैं उहदा उत्तर देण लगा। कहिंदा मैं समझिया नहीं मैनूं रोटी तुसीं क्यों दे रहे हो। उन्हें कहा रोटी मूँह च पा, रोटी जदों खाधी तो मंसूर कहिंदा तैनूं पता है जिस दिन का मैनूं पकड़िया मैनूं रोटी पानी कुछ नहीं दिता जा रहा, ध्यान दे आ जे गुरमुखो, मैनूं एक प्यार करन वाला सज्जन रोटी का टुकड़ा दे गया। तो सच एवे कि मैं उस रोटी के टुकड़े नूं पहला चित किया, भुख लगी मैं खा ला, कई दिन का कुछ नहीं खाधा, अंदरों आवाज जी तू तो कल नूं मौत दे घाट उतर जाना है, इस रोटी के टुकड़े नूं सांभ लै किसे उस बंदे नूं दई जिन्हें चार दिन जीना होवेगा। कहिंदा जे मैनू अज पुछे मेरे लिए ध्यान दान की सीमा यही है कि मैं किन्ने दिनों की रोटी नहीं खाधी, मैनू रोटी मिल जाए तो वह भी दे देनी, मेरे लिए दान की सीमा ये है। कहिंदा भी ठीक। कहिंदा दूसरा तेरा सवाल है त्याग की सीमा क्या है। मंसूर ने कहा तू अपने नेत्र बंद कर। उस इंसान ने अखां बंद कीतियां, मंसूर अपनी बॉडी विचों निकल गया। याद रखियो उस कोल ताकत सी, देह विचों बदेही सी। प्रिंसीपल गंगा सिंह लिखते ने अपनी बॉडी चो निकल गया, देह चो निकल गया। सवाल करने वाला डर गया, उन्हें कहा तां मर गया, इनू तां कल सूली चाड़िया जाना, यह मर गया मैनू सजा दिती जाएगी। जदों डर के जान लगा मंसूर उठ के बैठ गया, कहिंदा सवाल पूछन आ गए उत्तर लैन दा दम होना चाहिए तेरे कोल। कहिंदा फकीर जदों त्यागन ते आउंदा वासनावां त्यागदा, काम क्रोध लो मोह हंकार सब कुछ त्यागदा, ते जिद्दन अपनी मौज आवे त्यागना त्यागदा, जिउंदे जी अपनी चमड़ी नूं अपने तन नूं भी त्याग के निकल सकदा।
ਕਹਿੰਦਾ ਮੇਰੇ ਲਈ ਤਿਆਗ ਦੀ ਸੀਮਾ ਇਹ ਵੇ। ਸਵਾਲ ਕਰਨ ਵਾਲਾ ਚੁੱਪ ਕਰ ਗਿਆ, ਮਨਸੂਰ ਨਹੀਂ ਕੁਛ ਬੋਲਿਆ। ਫਿਰ ਚੁੱਪੀ ਨੂੰ ਤੋੜ ਕੇ ਕੁਐਸਚਨ ਕਰਨ ਵਾਲਾ ਕਹਿੰਦਾ ਦਾਨ ਕੀ ਸੀਮਾ, ਤਿਆਗ ਕੀ ਸੀਮਾ ਤੋਂ ਬਤਾਈ, ਇਹ ਬਤਾਓ ਪਿਆਰ ਪ੍ਰੇਮ ਕੀ ਸੀਮਾ ਕਿਆ ਹੈ। ਉਹਨੇ ਕਹਿਦਾ ਮੇਰਾ ਅਜੇ ਤਜਰਬਾ ਨਹੀਂ ਹੋਇਆ, ਆਹ ਦੋ ਮੇਰੇ ਪ੍ਰੈਕਟੀਕਲ ਹੋ ਚੁੱਕੇ ਸਨ। ਕਹਿੰਦਾ ਇਹਦਾ ਮਤਲਬ ਤੀਸਰੇ ਕੁਐਸਚਨ ਦਾ, ਪ੍ਰਸ਼ਨ ਦਾ ਉੱਤਰ ਨਹੀਂ ਮਿਲੇਗਾ। ਕਹਿਣ ਲੱਗੇ ਕੱਲ੍ਹ ਨੂੰ ਜਦੋਂ ਮੈਨੂੰ ਟੁਕੜੇ ਟੁਕੜੇ ਕੀਤਾ ਜਾਏਗਾ, ਤੂੰ ਕਤਲਗਾਹ ਵਿੱਚ ਆਈ, ਜੋ ਮੇਰਾ ਤਜਰਬਾ ਹੋਵੇਗਾ ਮੈਂ ਤੈਨੂੰ ਜ਼ਰੂਰ ਦੱਸਾਂਗਾ। ਪ੍ਰੇਮ ਦੀ ਖਾਦ ਮੈਂ ਤੈਨੂੰ ਕੀ ਦੱਸਾਂ। ਸੱਚ ਇਹ ਵੇ, ਕਹਿੰਦੇ ਜਿਸ ਵਕਤ ਮਨਸੂਰ ਨੂੰ ਕੱਟਣ ਲੱਗੇ, ਉਹਦੇ ਟੁਕੜੇ ਕਰ ਲੱਗੇ, ਇੱਕ ਟੁਕੜਾ ਸਵਾਲ ਕਰਨ ਵਾਲੇ ਦੇ ਪੈਰਾਂ ਕੋਲ ਆ ਡਿੱਗਾ। ਉਸ ਟੁਕੜੇ ਵਿੱਚੋਂ ਆਵਾਜ਼ ਆਈ ਅਨਲ ਹੱਕ, ਤੇ ਉੱਚੋ ਦੇ ਕੰਨਾਂ 'ਚ ਅਸਮਾਨ ਤੋਂ ਆਵਾਜ਼ ਗੂੰਜੀ, ਉਹ ਲੋਕੋ ਦਾਨ ਦੀ ਸੀਮਾ ਹੈ, ਤਿਆਗ ਦੀ ਸੀਮਾ ਹੈ, ਪਰ ਪਿਆਰ ਦੀ ਕੋਈ ਸੀਮਾ ਨਹੀਂ। ਜਿਹੜਾ ਮੁਹੱਬਤ ਕਰਦਾ ਸੱਚ ਇਵੇਂ, ਮਰਨ ਤੋਂ ਬਾਅਦ ਉਹਦੇ ਟੁਕੜੇ ਵੀ ਆਪਣੇ ਪਿਆਰੇ ਨੂੰ ਆਵਾਜ਼ਾਂ ਮਾਰਦੇ ਹੁੰਦੇ ਆ। ਪਿਆਰ ਦੀ ਕੀ ਸੀਮਾ ਹੈ? ਇਸੇ ਨੂੰ ਗੁਰਬਾਣੀ ਨੇ ਕਿਹਾ, ਮੈਂ ਇਸੇ ਨੂੰ ਤਾਂ ਕਹਿ ਦੇਣਾ ਮਿਲਦਾ ਜੁਲਦਾ ਬਚਨ ਕਿ ਮੀਨ ਪੱਕਰ ਫਾਕਿਓ ਅਰ ਕਾਟਿਓ, ਰਾਂਧ ਕਿਓ ਬੋ ਬਾਨੀ, ਖੰਡ ਖੰਡ ਕਰ ਭੋਜਨ ਕਿਨੋ ਤਉ ਨਾ ਬਿਸਰਿਓ ਪਾਣੀ। ਮੈਂ ਪਹਿਲੀ ਬੇਨਤੀ ਕਰਾਂਗਾ ਜਦੋਂ ਕੀਰਤਨ ਦੀ ਗੱਲ ਆਪਾਂ ਸ਼ੁਰੂ ਕਰਨੀ ਹੈ। ਸਭ ਤੋਂ ਪਹਿਲਾਂ ਗੁਰਮਤਿ ਦੇ ਵਿੱਚ ਪ੍ਰੇਮ ਨੂੰ ਥਾਂ ਦਿੱਤੀ ਗਈ ਹੈ। ਪ੍ਰੇਮ ਤੋਂ ਵੀ ਹੋਣਾ ਬੋਲਿਆ ਹੋਇਆ ਜੋ ਮੈਂ ਕਥਾ ਕਰ ਰਿਹਾ, ਪ੍ਰੇਮ ਤੋਂ ਬਿਨਾਂ ਗਾਇਆ ਹੋਇਆ ਅਤੇ ਅੰਦਰ ਦੀ ਮੁਹੱਬਤ ਤੋਂ ਬਿਨਾਂ ਪੜ੍ਹਿਆ ਹੋਇਆ, ਖਿਮਾ ਕਰਿਓ, ਛੇਤੀ ਅਸਰ ਨਹੀਂ ਕਰਦਾ। ਇਸੇ ਕਰਕੇ ਗੁਰੂ ਰਾਮਦਾਸ ਜੀ ਦਾ ਇਹ ਬਚਨ ਕਿ ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਿਖਰ ਹਰ ਭੀਜੈ ਰਾਮ ਰਾਜੇ, ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨ੍ਹਾਂ ਰੋਏ ਕਿਆ ਕੀਜੈ, ਹਰ ਕਰਤਾ ਸਭ ਕੀ ਜਾਣਦਾ, ਸਿਰ ਰੋਗ ਹੱਥ ਦੀਜੈ, ਜਿਨ ਨਾਨਕ ਗੁਰਮੁਖੀ ਹਿਰਦਾ ਸ਼ੁੱਧ ਹੈ ਹਰ ਭਗਤ ਹਰ ਲੀਜੈ। ਜੇ ਅੰਦਰ ਕਪਟ ਹੈ, ਮੇਰਾ ਗਾਣਾ, ਮੇਰਾ ਬੋਲਣਾ, ਮੇਰੀ ਕਥਾ ਕਰਨੀ ਕਿਸੇ ਅਰਥ ਨਹੀਂ। ਗੁਰੂ ਸਾਹਿਬ ਨੇ ਸਾਨੂੰ ਜਿਹੜੀ ਦਾਤ ਦਿੱਤੀ ਕੀਰਤਨ ਦੀ ਦਿੱਤੀ, ਕਿਉਂਕਿ ਮੈਂ ਕੀਰਤਨੀਆਂ ਨੂੰ ਸਮਰਪਿਤ ਹੈ ਇਹ ਸਮਾਗਮ। ਮੈਂ ਆਪ ਨੂੰ ਇੱਕ ਬੇਨਤੀ ਕਰਾਂਗਾ, ਕੀਰਤਨ ਕੀ ਹੈ? ਕਿਉਂਕਿ ਕੀਰਤਨ ਦਾ ਬਹੁਤ ਗਹਿਰਾ ਇਤਿਹਾਸ ਹੈ। ਭਾਈ ਸਾਹਿਬ ਆ ਗਏ ਆ, ਇੱਥੋਂ ਤੱਕ ਜਿੰਨੇ ਗੁਰੂ ਗ੍ਰੰਥ ਸਾਹਿਬ 'ਚ ਰਾਗ ਨੇ, ਜਿੰਨਾ ਗੁਰੂ ਗ੍ਰੰਥ ਸਾਹਿਬ 'ਚ ਗੁਰਮਤਿ ਦਾ ਸੰਗੀਤ ਹੈ, ਅੱਜ ਤੱਕ ਕੋਈ ਬੰਦਾ ਇਹਦਾ ਵੀ ਪਾਰਾਵਾਰ ਨਹੀਂ ਪਾ ਸਕਿਆ। 31 ਤਾਂ ਰਾਗ ਅਸੀਂ ਕਹਿੰਦੇ ਹਾਂ, ਅਤੇ ਉਪ ਰਾਗ ਕਿੰਨੇ ਨੇ? ਨਿਰਧਾਰਿਤ ਰਾਗ, ਇਹਨੂੰ ਇੱਕ ਨਵਾਂ ਨਾਂ ਦਿੱਤਾ ਸਾਡੀ ਇਹ ਸਿੱਖਾਂ ਨੇ, ਗੁਰਮਤਿ ਸੰਗੀਤ। ਗੁਰਮਤਿ ਦਾ ਸੰਗੀਤ ਕੀ ਹੈ? ਮੈਂ ਆਪ ਨੂੰ ਅਰਜ਼ ਕਰਾਂ, ਗੁਰਬਾਣੀ ਨੇ ਸ਼ਬਦ ਨੂੰ ਅਸੀਂ ਗਾਈਏ, ਪ੍ਰੇਮ 'ਚ ਭਿੱਜ ਕੇ ਗਾਈਏ। ਅਤੇ ਮੈਂ ਇੱਕ ਵਾਰ ਅਰਜ਼ ਕੀਤੀ ਸੀ, ਪਿਆਰਿਓ ਮੈਂ ਕਥਾ ਵਾਚਕਾਂ, ਮੇਰੇ ਅੰਦਰ ਨੂੰ ਪੁੱਛ ਕੇ ਦੇਖੋ। ਮੈਂ ਮੇਰਾ ਅੰਦਰ ਤੜਪ ਕੇ ਕਹਿੰਦਾ ਜੇ ਮੈਂ ਕੀਰਤਨੀਆਂ ਹੁੰਦਾ ਤਾਂ ਬਹੁਤ ਚੰਗਾ ਹੁੰਦਾ। ਮਨ 'ਚ ਹੈਗਾ ਵੀ ਕਥਾਵਾਚਕ ਨਹੀਂ ਨਹੀਂ, ਕਥਾਵਾਚਕ ਬੋਲਦਾ, ਗੱਲ ਸ਼ਿੰਗਾਰਦਾ, ਕਈ ਵਾਰੀ ਥੋੜ੍ਹੀ ਜਿਹੀ ਗੱਲ ਨੂੰ ਵੀ ਬਹੁਤ ਵਿਸਤਾਰ ਦਿੰਦਾ। ਕੀਰਤਨ ਕਰਨ ਵਾਲੇ ਨੇ ਤਾਂ ਸਾਜ ਰੱਖਣੇ ਨੇ, ਆਪਣੀ ਰਸਨਾ ਉੱਤੇ ਗੁਰੂ ਨਾਨਕ ਦੇ ਸ਼ਬਦ ਨੂੰ ਬਿਠਾ ਲੈਣਾ ਹੈ। ਖੱਬੇ ਸੱਜੇ ਉਹਨੂੰ ਜਾਣ ਦੀ ਲੋੜ ਹੀ ਨਹੀਂ, ਉਹਦੀ ਰਸਨਾ 'ਤੇ ਗੁਰੂ ਦਾ ਨਿਵਾਸ ਹੋ ਜਾਣਾ। ਅਤੇ ਜਿੰਨੇ ਵੀ ਕਰਮ ਨੇ, ਮੈਂ ਆਪ ਨੂੰ ਤਾਂ ਜ ਬੇਨਤੀ ਕਰਨ ਲੱਗਾ ਕਿ ਕੀਰਤਨ ਸਾਡੇ ਜਨਮ ਤੋਂ ਸ਼ੁਰੂ ਹੋ ਕੇ ਮੌਤ ਤੱਕ ਕੀਰਤਨ ਸਿੱਖਾਂ ਦੇ ਨਾਲ ਰਹਿੰਦਾ ਹੈ। ਕਿਉਂਕਿ ਆਪ ਕੀਰਤਨ ਦਰਬਾਰ ਕਰ ਰਹੇ ਹੋ, 30 ਸਾਲ ਹੋ ਗਏ ਆ, ਅਤੇ ਕੀਰਤਨ ਤੋਂ ਵੱਡਾ ਕੋਈ ਕਰਮ ਨਹੀਂ। ਕੀਰਤਨ ਠੀਕ ਹੈ, ਆਪਾਂ ਕਹਾਂਗੇ ਜੀ ਇੰਨੀ ਸੰਗਤ ਹੋਵੇਗੀ ਅਤੇ ਕੀਰਤਨ, ਕੋਈ ਵੀ ਨਾ ਹੋਵੇ, ਕੀਰਤਨ ਕਰਨ ਵਾਲਾ ਇਕੱਲਾ ਹੀ ਇੱਕ ਸੁਰ ਦੱਬ ਕੇ ਕਿਤੇ ਵਾਹਿਗੁਰੂ ਜਪਣ ਲੱਗ ਪਏ, ਉਹ ਵੀ ਰੱਬ ਨੂੰ ਪ੍ਰਵਾਨ ਹੋ ਜਾਂਦਾ ਹੈ। ਇੱਕ ਬਚਨ ਹੈ ਮਹਾਰਾਜ ਜੀ ਦਾ, ਸਤਿਗੁਰੂ ਗੁਰੂ ਅਰਜਨ ਦੇਵ ਜੀ ਦਾ, ਚਲੋ ਮੈਂ ਸਾਰੀ ਅਸ਼ਟਪਦੀ ਨਹੀਂ ਪੜ੍ਹਾਂਗਾ, ਜਿੰਨੇ ਧਰਮ ਦੇ ਕਰਮ ਨੇ। ਅਤੇ ਮੇਰੀ ਬੇਨਤੀ ਹੈ, ਕੀਰਤਨ ਨੂੰ ਕੇਵਲ ਸਾਡਾ ਪ੍ਰੋਫੈਸ਼ਨ ਜਾਣ ਕੇ ਨਹੀਂ, ਆਪਣੇ ਬੱਚਿਆਂ ਨੂੰ, ਆਪ ਧੀਆਂ ਪੈਣਾ, ਤੁਸੀਂ ਸੱਚ ਇਹ ਵੇ ਆਪਣੇ ਘਰਾਂ ਵਿੱਚ ਵਾਜੇ ਤਬਲੇ ਕੀਰਤਨ ਜ਼ਰੂਰ ਬੱਚਿਆਂ ਨੂੰ ਸਿਖਾਓ।
कीर्तन का संबंध केवल रोटी नाल नहीं, कीर्तन का संबंध आत्मा नाल है। जिहदे घर च गुरु नानक का कीर्तन आ गया उहदे घर चों सिखी कदी बाहर नहीं निकल सकती। कीर्तन उहदी बख्शीश। एक अष्टपदी है जी, उस विच दो रहाओ दीआं तुकां ने। बचन कहे पाठ पढ़िओ अर वेद विचारिओ, नवल भुयंगम साधे पंच जना सो संग ना छुटक्यो अधक आहंगद बुद्ध बाधे। महाराज कहते पाठ भी किते, वेदां दी विचार भी कीती, ते जोगियां वाले जिहड़े निवली कर्म ने जी वह भी सारे किते। पाठ पढ़ियो अर वेद विचारियो, निवल भुयंगम साधे पंच जना सो संग ना छुटक्यो अधक आहंग बुद्ध बाधे। पंजां ने फिर भी खेड़ा नहीं छड्डिया। मैं तो आप नूं क्या कीर्तन क्यों, पर कीर्तन विच भी अरदास कीती जाए दाता, कीर्तन विच सिर्फ तू होवे ते तेरा शब्द होवे, मेरी विचो अणहोंद हो जाए, मैं ना विच होवां, फिर देखो कीर्तन। मैनू याद है साडे महापुरख होए ने सेवा पंथी राम किशन जी, पटियाले उन्हां दा स्थान है ना, यह पाकिस्तान बन तो पहलियां गल्लां ने जी। कीर्तन हो रहा सी ते पुराने समय कीर्तन विच कई रागी सिंह व्याख्या कर दिंदे सन प्रेम च पीछे। कीर्तन करन वाले ने कीर्तन बड़े प्रेम नाल कीता। गुरमुखो मैं कल नूं लगातार ये बेनती करी जाऊंगा, ये जिहड़ी आवाज़ है, ये नाद कह, ये शब्द कह, ये संगीत कह, ये तो ब्रह्मांड की आवाज़ है, ये तो रब की आवाज़ है। जदों न्याणा कुछ भी नहीं जानता, उन्हें पता ही नहीं मैं हिंदू घर जमया, सिख घर, मुसलमान घर, बच्चा रोंदा होवे। हुण तां कई तरह के खिडौने निकल आ गए, इलैक्ट्रॉनिक आ गए। सानू पता है साडे घरां च बीबियां गलास विच चिमचा रख के चिमचे नाल गलास जां कोली खड़कांदियां सन, ते बच्चा रोंदा चुप कर जांदा सी। क्यों चुप कर गया? मां ने लोरी नहीं दित्ती, सिर्फ उहदे कन्नां कोल जा के उहने साउंड कीती, आवाज़ कीती। उहनू पता भी नहीं, होके लैण लग पैंदा, इक्को दम रोंदा खामोश हो जांदा है। इहदा मतलब बाहर दा नाद सुन के वह किसी अंदर दे नाद नाल जुड़िया है, बाहरों इशारा मिलता है तो अंदर खामोशी आ जाती है। रामकिशन परमहंस जी कीर्तन सुन रहे सन, कीर्तन स्थान भुला दिंदा है, कीर्तन समा भुला दिंदा है। कीर्तन करने वाले कीर्तनिए ने कीर्तन किया, उन्हें प्रसंग शुरू कर दिता सच्चे शब्द वाला। मैं ज़्यादा डिटेल च नहीं कि गुरु साहब जी सच्चा सौदा करके आए, वीर पियां दा कीता, नाल उन्हें ये प्रसंग कह दिता कि पिता जी गुस्से च आ गए, तो पिता जी ने हजूर दे मुख दे उत्ते जो अपने हथ नाल चपेड़ मारी, वेखो इतिहास ने क्या है, तो सतगुरां दे जिहड़ा आ पवित्र मुख सी इक पास्यों, इस तरह जिवें चिट्टे कमल दे फुल उत्ते काले रंग दे भवरे बैठ गए हों, निशान बह गया। रामकिशन जी भुल गए स्थान, वह भुल गए समा, इको दम उठ बैठे संगत च उची उची आवाज विच कहन लगे, बाबा कालू जी हुण ना मारियो, हुण ना हाथ चुकियो, वीर पईआं दी की गल, मैं सारा ननकाणा साहब सोने नाल मड़ा देंगा, हुण मेरे बाबे ते हाथ ना चुकियो। एक ऐसा कीर्तन होगा, पर यह उन्हां रूहां लई जिहड़े अंदर दे प्रेम प्रेमी ने, टंडाऊ ने। गुरमुखो पाठ विच भी, विचार विच भी, निमली करन विच भी अंग बुद्ध टिकी, पंजां दा संग नहीं छुटदा, शरीरक तंदुरुस्ती मिल जाती, प्राणायाम बंदा कर लिया, निमली कर्म कर रहा, मैं योगा करता हूं, मैं ध्यान करता हूं, पर याद रखियो तुर अंदर पई कोई वासना दे फुरने वह बीज बन के अंदर नूं तंग करी जांदे। पाठ पढ़ियो अर वेद विचारियो, निवल भुयंगम साधे पंच जना सो संग ना छुटक्यो अधक आहंग बुद्ध बांधे। प्यारे इन विद मिलन ना जाई, फिर किवें मिलिए जी? प्यारे इस रहाओ दी तुक नूं हर सतर नाल पढ़ो। वैसे मैं कहांगा कीर्तन विच स्थाई बन सकदी। प्यारे इन विद मिल ना जाई, मैं किए कर्म अनेका, हार पर्यो स्वामी कै द्वारा दीजै बुद्ध विवेका, मोन भयो कर पाती रहो नग्न फिरयो बन माही, तर तीर सब धरती भ्रम्यो,
दुबदा छुटकै नाही। मन कामना तीर जै बस्यो सिर कर वत तराए, मन की मैल ना उतरे एवद जे लख जतन कराए। कन कामनी खैबर गैबर बहु भी दान दतारा, अन वस्त्र भूम बै बहु अरपै न मिल गए हर द्वारा। मैं संखेप च अखीर ते करा सारी गल करके, महाराज कहिंदे ने जे कोई काम करना ही ना बस इको काम श्रेष्ठ है, पढ़न नालों विचारन नालों तीर्थ इनान नालों दान नालों पुन नालों कीजी हर कीर्त साध संगत है। संगत विच बैठ के कीर्तन कर एदू वड्डा कोई कर्म नहीं। हर कीर्त साध संगत कै सिर करमन कै करमा, सारे श्रोमणी कर्मा तो श्रेष्ठ कर्म परमात्मा दा कीर्तन करना है। ए ते विर मैं बेनती करा, राग दी ज्ञात होना वक्री गल है, राग विच मिला के शब्द पढ़ना है वक्री गल है। राग दे गवैये तुहानू बड़े मिलणगे, गजलां गाउण वेले मिलणगे, इश्क मजाजी दे गीत गाउण वाले मिलणगे, सरगमा लाउण वाले मिलणगे, मुरकियां लाउण वाले मिलणगे, पड़ताला गाउण वाले मिलणगे। पर गुरु जी कहिंदे ने, गुरु ग्रंथ साहिब राग नूं थां दिंदे ने, पर शर्त ओ राग रब नाल जोड़दा होवे। रागां विच श्री राग है जे सच धरे प्यार, गौड़ी राग सुलखणी जे खसमे चित करे, कमाल कर दित्ती। श्री राग गा के हो सकदा कोई बंदा खीर ते रांझे दे मिलाप दे गीत गाए, पर गुरु कहिंदा श्री राग तां चंगा जे तू सच्चे नाल मुहब्बत शुरू कर दे। गौड़ी राग तां सुलखणी है जे तेरा चित खसम वाले पासे जुड़ पे। महाराज कहिंदे हर कीर्त साध संगत है सिर करमन कै करमा, कहो नानक तिस भयो प्राप्त जिस पूर्व लिखे का लैणा। कीर्तन पूर्वली दित्ती कोई दात है रब दी। महाराज कहें तेरो सेवक ए रंग माता, भयो किरपाल दीन दुख भंजन खार, हार कीर्तन एहो मन राता। तुसी अलोके कीर्तन दरबार 30 साल हो गया, मैं तां अज इस तुक तू लै लिया। अगली बेनती भाई साहब सिर, मैं 5 मिनट लैने ने। असी कीर्तन नूं कदी छड्ड सकने जी? कल मैं आने वाले दिन साज की गल भी करा आप, क्योंकि मैं कोई कीर्तन बारे इन्नी नॉलेज नहीं, मैनू जिनी को दाते सोझी दिती। असली तो हम जो बंदा गाँव हो पता हों सारा ये सारी की कहानी है। गुरमुखो साढ़े जन्म तो कीर्तन साढ़े न शुरू हों, साड़ी खुशी साड़ी गमी साड़ा मरना साड़ा परना साड़ी मौत हर थां ते कीर्तन साढ़े नाल खलोता है। 3 उदाहरण सिर्फ दयागा। जदों बच्चे का जन्म हुंदा है, तुसी देखो अपने घर च समागम कर दे, बच्चे का जन्म होया असी कहने जी बच्चे का शुकराना करना किदे ना करने है? कीर्तन ना करने है ना, पाठ करने है, कीर्तन करने। ये गल वक्री कि तवारीख इतिहास ये कहिंदा है कि गुरु हरगोबिंद साहब की खुशी च, पर शब्द तो आप अज भी वो पढ़ने हैं, साचा सतगुर दिया भेज चिर जीवन उपजा संजोग, उतरै माए आए किया निवास, माता कै मन बहुत विगास, जमया पूत भगत गोबिंद का। भावा मर्द की हिस्टरी कहती है कि गुरु हरगोबिंद साहब, पर असी अपने बच्चे के जन्म से भी गाने, असी यह शब्द गाने, कीर्तन साढ़े जन्म तो शुरू होंदा है। पूता माता की असीस कीर्तन है जी, गुजरी राग का शब्द। तो अज असी घर बैठे से जुनेजा जी, मैं बेनती की कि गुरमुखो मैं जो स्टेज पर बोल रहा ना, तुसी उस गल नूं स्वीकार करो जिहड़ी गल गुरु दे शब्द अनुसार ठीक होवे। जिहदे च मेरी इगोक है छड्ड दिओ उहनूं, बस छानी ला के देखो। जिहड़ा कीर्तन हुण आपां सुण रहे हां, ते कीर्तन पहला भी हुंदा सी, इह वी अर्ज करांगा कल नूं कि इह जिहड़ा इह 30 साल हो गए जां हुण आपां सुणांगे, ये सिर्फ 1 घंटे की भाई साहब की 45 मिनट की ड्यूटी है जो हूँ कीर्तनियाँ किया। जे च एक गल चेते रख के तुरो कि जो कुछ मैं संगत सुनना पिया, मरण तो बाद भी कीर्तन मेरे ते बख्शिश करेगा। हूँ कई एकोदम होने जी, ये मरण तो बाद की जो बंदा मारी गया संस्कार ही करता, तर्कशील कहेगा। पर भाई साहब जी, जदों इत्थे किसी का भोग तुसी पांदे हो, आपां घरां च पाने आ, अंतम अरदास कहने, ते भाई साहब की कहिंदे आ?
खलो के कहिंदे सच्चे पातशाह फलाना इंसान फलाना सिंह जा फलाना बीबी अकाल चलाना कर गया, उन्हां दे नमेता च कीर्तन होया है, कृपा करो उन्हां नूं अपने चरणा च थां बख्शो, कहिंदे आ ना। ते अगला सवाल करे भाई जी वह बंदा तां मर गया, ओदियां तां हड्डियां भी गईयां पानी च, ते तुसीं इह कही जांदे हो चरणा च थां दिओ, इहदा मतलब सिख इह गल नूं स्वीकार रिहा गुरु कोल खलो के कि भावें उहदा वजूद नष्ट हो चुका है पर भाई साहब दे बोल उहदी आत्मा नूं थां किते दवानगे, तां ही तां कहिंदे आ। गुरमुखो जे एक अरदास करन वाले दे शब्दां ते भरोसा करी गिटिया ते करना भी चाहीदा है, ते जे उहदे लई तुसीं कीर्तन करोगे कीर्तन क्यों नहीं पहुंचेगा, कीर्तन जाएगा। फिर बेनती जे साडे जन्म तो कीर्तन नाल शुरू हुंदा है। वेखो यह जरा शब्द है, मैं रहाओ दी तो पड़ी पोता माता की आसीस, पर गुरमुखो ये शुरू तो मरिया तो हुंदा है, ये पुत्र तो शुरू नहीं शब्द हुंदा, पितर तो हुंदा है। जिस सिमरत सब किलवी खनासा अगे पितरी, पुत्री नहीं पितरी, पितरी मीनस पितर, जेडे घर चो जिन्हें जेडे जा चुके आ। दुनिया का कोई भी काम प्रेजेंट विच करो फ्यूचर लई हुंदा है, कोई काम वर्तमान च करो भविख लई हुंदा है। मान लो तुसी दुकान ते बैठे हो, वर्तमान च कादे लई बैठे हो, फ्यूचर लई बैठे हो। जे घर अज मैं वर्तमान च बना लिया अपने भविख लई बना रहा, दुनिया का हर वर्तमान च कीता काम आने वाले समय लई सुखदाई है, पर नाम एक ऐसा जिहड़ा लंघ चुकियां वास्ते भी सुखदाई हो जाता है। जिस सिमरत सब किलवी खनासा पितरी होए उधारो, सो हर हर तुम सदगी जापो जाका अंत ना पारो पूता। आ साडा कीर्तन शुरू हुंदा है जन्म तो, पूता माता की आसीस निमख ना बिसरो तुमको हर हर सदा भजो जगदीश, सतगुरु तुमको होए दयाला संत संग तेरी प्रीत। मैं अर्थ नहीं सारे करांगा, कापड़ पत परमेश्वर राखी, जिवें कपड़ा सी तन ते लैके बैठे हैं, इस कपड़े ने मेरे तुहाडे तन दे नगेज नूं ढकिया है। पुत्तर सतगुरु इन्नी कृपा करे, जिवें कपड़ा साडी स्किन नूं ढकदा है, गुरु मेहर करे तेरी इज्जत नूं ढक के रखे। फिर बेनती, सतगुरु तुमको होए दयाला संत संग तेरी प्रीत, कापड़ पत परमेश्वर राखी भोजन। अगे जी कीर्तन नीत, जन्म तो शुरू हुंदा तेरा भोजन कीर्तन हो जाए, जिवें भोजन तो बिना तन नहीं चलदा, तेरे लिए पुत्र मां दी सीसे तू कीर्तन तो बिना भी ना जी सके। फिर असी ये शब्द पढ़ने हैं कीर्तन दे जन्म वेले, सारे पढ़ने जीवत 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 रहो, राम रसायन नित उठ पीवो, सांच पदार्थ गुरमुख लहो, प्रभु का पाणा सत कर सहो, जीवत 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 रहो, नित उठ राम रसायन पीओ। अगली बेनती, सिर्फ दो में गल्लां होर करनियां ने, मैं तां कीती शुरुआत, एक कीर्तन किते भी होवे, कीर्तन साडे जन्म तो नाल चलिया। जिदन असी विआह करने आ, इह गल वक्खरी कि लोग उस दिन नूं टिक के नहीं बैठदे। मैं सच्ची कहन लगा तुहानूं, पिछले दिन ही मैं एक बेनती कीती सी, साडे मैं रिपीट कर लगा, साडे पंजाब च जां अजे भी साडे घरां च इत्थे पंजाबी च कहिंदे हुंदे आ कि इह बंदे दी की वैल्यू जी, इहना तिन्ना च ना तेरां च, ये कहिंदे ने पंजाबी च, तूं क्यों ना तिन्ना च ना तेरां च। इह जिन्नियां कहावतां ने इहनां दे पिछे कोई कहानी हुंदी। पहले समय बजुर्गां नूं पता होणा विआह सिर्फ तीन दिन हुंदा सी, मुंडे दा विआह करना, पहले दिन वड़ बरादरी दी रोटी वगैरह करदे सन, दूजे दिन बरात जानी, ते तीजे दिन घर दे खास का जी रह जांदे सन जिदन मकलावा लैण जाणा। उदों पहला मैं कह पहला हुंदा सी, हुण नहीं मैनूं कह रिहा, हुण तां सब कुछ बदल बुदल गया है जी, कि मर्यादा ते किहड़ियां पुरानियां गल्लां, इह तां हुण सब कुछ ढकिया रहे ते बस ठीक है। हो सकदा मेरे शब्दां नूं तुसीं कहो पिछा खिचू है, पर साडे बजुर्गां तीन दिन हुंदा सी, ते हिंदुआं विच जां सतारिया करदे सन मरे दा, जां तेरिया करदे सन जी, तेरां दिन बाद जां सतारां दिन बाद, ते इहदा मतलब हुंदा सी तूं बंदा कहदा ना, तां तैनूं तिन्नां च किसे ने विआह च पुछिया तेरी सलाह लई,
ते ना किसी दे मरे च पुछया ना तिना च ना तेरह च इहदा मतलब सी है। पर याद रखियो अज तेरह दिन वाला काम जिहड़ा तिना च मुकन लग पिया ते जिहड़ा तिना वाला सी ना वह तेरह छड्डो छब्बियां च निकल गया टप गया अगे। यह मजाक वाली गल नहीं जे उदो सिखी चाहे दशहरा तुसी रहत मर्यादा पढ़ो उत्थे एक मद पाई है जदों प्राणी कोई चढ़ाई करे दशहरा करो दस दिन बाद भोग पाया जाए नाल ये भी लिखे है दिनां दा वहम भरम नहीं करना एक दो दिन अगे पिछे हो सकते आ। पर गुरमुखो इहदा मतलब सी दस दिन घर सहज पाठ होवे सवेरे शाम कीर्तन होवे। मैनू बख्श दिया जे तुहाडे इत्थे पता नहीं की है साडे पंजाब तां भाई साहब नूं पता है जे लोकां दा वस चले ते रब नूं कह देण मौत वी उदन ही दई साडे बुढ़े नूं जिदन साडियां छुट्टियां होणगियां। इसलिए वीरवार मरदा है ते नाल ही कहिंदे अज पाठ रख दिओ परसों भोग पा देंगे। मैं कहना नेर साईं दा जिस बंदे ने सारी जिंदगी ला दित्ती दस दिन बह के घट्टो घट गुरु गुरु जप लो जिस लक्कड़ चो पिया एक लक्कड़ चापा भी कल नूं पैणा है। ते जिहड़ा काम तीन दिनां दा सी अज तुसीं झाती मार के देखो किड्डी वड्डी बुरियाई है तेरह दिन अगे निकल गया जी। ਵਿਆਹ ਕੋਈ ਤਿੰਨ ਦਿਨ ਦਾ ਰਿਹਾ ਆਪਾਂ ਸਰਵ ਧਰਮ ਸੰਮੇਲਨ ਕਰ ਦਿੰਦੇ ਹਾਂ ਵਿਆਹ 'ਚ ਰਿੰਗ ਸੈਰਮਨੀ ਈਸਾਈਆਂ ਨੂੰ ਵੀ ਖੁਸ਼ ਕੀਤਾ ਵਰਮਾਲਾ ਹਿੰਦੂ ਵੀਰਾਂ ਦਾ ਹੈ ਚੁੰਨੀ ਚਾੜਨੀ ਹੈ ਮੁਸਲਮਾਨਾਂ ਨੂੰ ਵੀ ਖੁਸ਼ ਕਰ ਲਿਆ ਅਤੇ ਜਦੋਂ ਸਾਰੇ ਕੰਮ ਕੁੰਮ ਕਰ ਲੈਣਾ ਉਦੋਂ ਬਾਅਦ ਬਾਬਾ ਜੀ ਦੀ ਵਾਰੀ ਆ ਜਾਂਦੀ ਖਾ ਪੀ ਕੇ ਥੱਕੇ ਟੁੱਟੇ ਆਏ ਨਾਲ ਕਿ ਬਾਬਾ ਜੀ ਨੂੰ ਕਿਰਪਾ ਕਰੋ ਅੱਧੇ ਘੰਟੇ 'ਚ ਕੰਮ ਨਿਬੇੜ ਦਿਓ। ਅਤੇ ਫਿਰ ਯਾਦ ਰੱਖਿਓ ਜੇ ਆਪਾਂ ਨਿਬੇੜਨ 'ਤੇ ਆਏ ਜਿੱਦਣ ਗੁਰੂ ਨਿਬੇੜਨ 'ਤੇ ਆ ਗਿਆ ਪੱਲੇ ਕੁਛ ਵੀ ਨਹੀਂ ਰਹਿਣਾ। ਇਹ ਹਾਸਾ ਨਹੀਂ ਜੇ ਮੈਂ ਆਪ ਨੂੰ ਬੇਨਤੀ ਕਰਾਂਗਾ ਜਿਸ ਵਕਤ ਵਿਆਹ ਹੋ ਰਿਹਾ ਕੀਰਤਨ ਉਦਣ ਵੀ ਸਾਡੇ ਨਾਲ ਹੈ। ਬਹੁਤ ਗੁਰਮੁਖ ਰੂਹਾਂ ਨੇ ਜਿਹੜੀਆਂ ਸੱਚਮੁੱਚ ਵਿਆਹ ਵੇਲੇ ਉਂਝ ਵੈਸੇ ਪੁਰਾਤਨ ਸਮੇਂ ਆਸਾਂ ਕੀ ਵਾਰ ਤੋਂ ਬਾਅਦ ਹੀ ਆਨੰਦ ਕਾਰਜ ਹੁੰਦਾ ਸੀ। ਕਹਿੰਦੇ ਦੇਖਿਓ ਪੁਰਾਤਨ ਸਮੇਂ 'ਚ ਆਸਾਂ ਕੀ ਵਾਰ ਹੋਣੀ ਉਹਦੀ ਸਮਾਪਤੀ ਦੇ ਬੱਚੀ ਬੱਚੀ ਨੇ ਸੁਣਨੀ ਫਿਰ ਕੀਰਤਨ ਦੇ ਵਿੱਚ ਲਾਵਾਂ ਸ਼ੁਰੂ ਹੋ ਜਾਣੀਆਂ। ਪਰ ਗੁਰਮੁਖੋ ਕੁੜਮਾਈ ਕਰਨ ਲੱਗੇ ਹੋ ਜਿਹਨੂੰ ਅਸੀਂ ਸਗਨ ਕਹਿੰਦੇ ਹਾਂ ਗੁਰਬਾਣੀ ਨੇ ਕਿਹਾ ਕੁੜਮਾਈ। ਮੈਂ ਤਾਂ ਸ਼ਬਦ ਵਿਸ਼ਾ ਚੁਣਿਆ ਕੀਰਤਨ ਕੱਲ੍ਹ ਨੂੰ ਆਪਾਂ ਭਾਈ ਮਰਦਾਨਾ ਜੀ ਦੀ ਗੱਲ ਕਰਨੀ ਹੈ ਬਾਬਾ ਸੱਤਾ ਬਲਵੰਤ ਦੀ ਗੱਲ ਕਰਨੀ ਹੈ ਭਾਈ ਸਜਾਦੇ ਭਾਈ ਰਜਾਦੇ ਦੀ ਗੱਲ ਕਰਨੀ ਹੈ ਗੁਰੂ ਗੋਬਿੰਦ ਸਿੰਘ ਦੇ ਰਬਾਬੀ ਭਾਈ ਸੱਧੂ ਭਾਈ ਮੱਧੂ ਦੀ ਗੱਲ ਕਰਨੀ ਹੈ ਭਾਈ ਸ਼ਬੀਲੇ ਦੀ ਗੱਲ ਕਰਨੀ ਹੈ ਭਾਈ ਨੱਥੇ ਦੀ ਭਾਈ ਅਬਦੁੱਲੇ ਦੀ ਗੱਲ ਕਰਨੀ ਹੈ ਗੁਰੂ ਹਰਗੋਬਿੰਦ ਸਾਹਿਬ ਦਾ ਰਬਾਬੀ ਭਾਈ ਬਾਬਕ ਦੀ ਗੱਲ ਕਰਨੀ ਹੈ। ਇਹ ਕੀਰਤਨੀ ਹੋ ਗੁਜਰੇ ਆ ਰਬਾਬੀ ਗੁਰੂ ਕੇ। ਹੁਣ ਜਦੋਂ ਸ਼ਬਦ ਪੜਿਆ ਜਾ ਰਿਹਾ ਸੰਤ ਸੰਤੋਖ ਕਰ ਭਾਉ ਕੁੜਮ ਕੁੜਮਾਈ ਆਇਆ ਬਲਰਾਮ ਜੀਓ ਉੱਥੇ ਰੂਹਾਨੀ ਗੱਲ ਚੱਲਦੀ ਪਈ ਹੈ ਸਗਨ ਨਹੀਂ ਉੱਥੇ ਸ਼ਬਦ ਕੁੜਮਾਈ ਹੈ। ਕੁੜਬਾਈ ਦਾ ਮਤਲਬ ਹੈ ਕੁਟੰਬ ਮੇਂ ਸਿਮਲਿਤ ਕਰਨਾ। ਕੁੜਮਾਈ ਦਾ ਅਰਥ ਹੈ ਆਪਣੀ ਫੈਮਿਲੀ 'ਚ ਰਲਾਉਣ ਦੀ ਪਹਿਲੀ ਕਿਰਿਆ। ਕੁੜਮਾਈ ਮਤਲਬ ਕੁਟੰਬ ਵਿੱਚ ਮਿਲਾਉਣਾ। ਜਿੱਦਣ ਕੁੜਮਾਈ ਹੋ ਜਾਂਦੀ ਹੈ ਉਦਣ ਸ਼ੁਰੂਆਤ ਹੋ ਜਾਂਦੀ ਹੈ ਅੱਜ ਇਹ ਬੱਚਾ ਸਾਡੇ ਪਰਿਵਾਰ 'ਚ ਸ਼ਾਮਿਲ ਹੋਣ ਲਈ ਪਹਿਲੀ ਕਿਰਿਆ ਹੋਈ ਹੈ। ਪਰ ਉੱਥੇ ਗੁਰੂ ਜੀ ਨੇ ਕੀਰਤਨ 'ਚ ਕੀ ਕਿਹਾ ਕਹਿੰਦੇ ਨੇ ਇਹ ਸੰਸਾਰ ਦੇ ਕੁਟੰਬ 'ਚ ਮਿਲ ਗਿਆ ਨਿਰੰਕਾਰ ਦੇ ਕੁਟੰਬ 'ਚ ਤਾਂ ਮਿਲੇਗਾ ਜੇ ਤੇਰੇ ਕੋਲ ਸੱਤ ਅਤੇ ਸੰਤੋਖ ਹੋਵੇਗਾ। ਸਤ ਸੰਤੋਖ ਕਰ ਭਾਉ ਕੁੜਮ ਕੁੜਮਾਈ ਆਇਆ ਬਲਰਾਮ ਜੀ। ਜਦੋਂ ਵਿਆਹ ਹੋਇਆ ਕੀਰਤਨ ਫਿਰ ਸਾਡੇ ਨਾਲ ਹੈ। ਕੀਰਤਨ ਤੋਂ ਬਿਨਾਂ ਤਾਂ ਵਿਆਹ ਸੰਪਨ ਹੀ ਨਹੀਂ ਹੁੰਦਾ। ਜਦੋਂ ਸਾਰੇ ਆ ਕੇ ਬੈਠ ਜਾਂਦੇ ਆ ਵਿਆਹ ਦੀ ਆਨੰਦ ਕਾਰਜ ਦੀ ਸ਼ੁਰੂਆਤ ਕੀਰਤਨ ਦੇ ਸ਼ਬਦ ਨਾਲ ਹੁੰਦੀ ਹੈ। ਕੀਤਾ ਲੋੜੀਐ ਕੰਮ ਸੋ ਹਰ ਪੈ ਆਖੀਏ ਤੋਂ ਸ਼ੁਰੂ ਹੁੰਦੀ ਹੈ। ਫਿਰ ਅਰਦਾਸ ਹੁਕਮਨਾਮਾ ਪੱਲੇ ਟੈਂਡੇ ਲਾਗੀ ਉਸ ਤੋਂ ਬਾਅਦ ਚਾਰ ਲਾਵਾਂ। ਕੀਰਤਨ ਤੋਂ ਬਿਨਾਂ ਤਾਂ ਚਾਰ ਲਾਵਾਂ ਵੀ ਨਹੀਂ ਬਈ। ਯਾਦ ਰੱਖਿਓ ਸਾਡੇ ਜਨਮ 'ਚ ਕੀਰਤਨ ਸਾਡੀ ਕੁੜਮਾਈ 'ਚ ਕੀਰਤਨ ਸਾਡੇ ਵਿਆਹ 'ਚ ਚਾਰ ਲਾਵਾਂ ਦੇ ਰੂਪ 'ਚ ਕੀਰਤਨ। ਜਿਸ ਦਿਨ ਉਹੀ ਬੰਦਾ ਚਲਾਣਾ ਕਰ ਜਾਂਦਾ ਹੈ ਨਾ ਯਾਦ ਰੱਖਿਓ ਉਹਦੀ ਸਮਾਪਤੀ ਵੀ ਅਖੀਰ ਕੀਰਤਨ ਦੇ ਨਾਲ ਹੀ ਹੁੰਦੀ ਹੈ। ਅਸੀਂ ਜਨਮ ਤੋਂ ਲੈ ਕੇ ਮੌਤ ਤੱਕ ਕੀਰਤਨ ਦੇ ਨਾਲ ਜੁੜੇ ਹੋਏ ਹਾਂ। ਪੜਾਣੀ ਚੜ੍ਹਾਈ ਕਰਦਾ ਅਤੇ ਗੁਰੂ ਸਾਹਿਬ ਜੀ ਕਹਿ ਗਏ ਅੰਤੇ ਸਤਿਗੁਰੂ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ ਮੇਰੇ ਪਿੱਛੋਂ ਕੀਰਤਨ ਕਰਿਓ। ਫਿਰ ਖਾਸ ਕਰਕੇ
अज तो नहीं, गुरु साहब वेले जदों कोई चढ़ाई कर जाता सी भाई साहब मारू पढ़िया जाता सी, मारू राग पढ़िया जाता सी, मारू अंजुलियां पढ़िया जांदियां सन, अलाणियां गाइया जांदियां सन, धन थिरंदा सच्चा पातशाह जिन जग धंदा लाया। प्यारियो ओ कीर्तन जिन्हों तुसी 30 साल तो विशेष करके मनांदे आए, ये हर सिख दे लई मां दी कुख तो शुरू हुंदा है ते मड़ियां च सड़न तो बाद भी कीर्तने दे नाल रहिंदा है। असी अंतम अरदास भी कीर्तन की समाप्ति ते करने आ। बाकी मैं इसे विचार नूं आने वाले दीवाना च आप नाल सांझी करांगा।